ਦੁੱਗਾ ਵਾਲਾ ਆ ਗਿਆ। ਹਾਂਜੀ ਸਤਿ ਸ੍ਰੀ ਅਕਾਲ। ਤੇ ਆਪਾਂ ਤੁਹਾਨੂੰ ਪਤਾ ਹੀ ਆ ਕੈਨੇਡਾ ਪਹੁੰਚਿਆ ਤੇ ਅੱਜ ਡਿਊਟੀ ਲੱਗ ਗਈ ਮੰਨਤ ਨੂੰ ਸਕੂਲ ਛੱਡ ਕੇ ਆਉਣਾ। ਮੰਨਤ ਕਿੰਨੀ ਦੂਰ ਆ ਸਕੂਲ ਤੇਰਾ? ਹੈਂ ਓਕੇ ਕਲੋਜ ਹੀ ਆ? ਠੀਕ ਹੈ ਨੇੜੇ ਹੀ ਆ ਕਹਿੰਦੇ। ਚਲੋ ਫਿਰ ਤੇ ਲਓ ਜੀ ਆਪਾਂ ਪਹੁੰਚ ਗਏ ਹਾਂ ਮੰਨਤ ਦੇ ਸਕੂਲ। ਇਹਨੂੰ ਛੱਡਾਂਗੇ ਕਲਾਸ 'ਚ ਅਤੇ ਫਿਰ ਛੁੱਟੀ ਤੋਂ ਬਾਅਦ ਇਹਨੂੰ ਲੈਣ ਵੀ ਆਵਾਂਗੇ ਆਪਾਂ, ਹੈ ਨਾ। ਅਤੇ ਇੱਧਰ ਗਰਾਊਂਡ ਦੇਖੋ ਸਕੂਲਾਂ ਦੇ, ਹੈ ਨਾ। ਅਤੇ ਗਰਾਊਂਡ ਠੀਕ ਹੈ ਨਾ। ਅਤੇ ਇੱਧਰ ਇਹਨਾਂ ਲਈ ਛੋਲੇ। ਅਸੀਂ ਪਹੁੰਚ ਗਏ ਹਾਂ ਮੰਨਤ ਦੀ ਕਲਾਸ ਕੋਲ। ਇਹਦੀ ਕਲਾਸ ਆ ਅਜੇ ਓਪਨ ਹੋਣੀ ਆ ਉਸ ਟਾਈਮ ਤੱਕ, ਫਿਰ ਮੰਨਤ ਨੂੰ ਛੱਡ ਕੇ ਜਾਵਾਂਗੇ ਘਰ ਨੂੰ, ਹੈ ਨਾ ਮੰਨਤ। ਟਿਫਨ ਵਗੈਰਾ ਸਾਰਾ ਕੁਛ ਲੈ ਕੇ ਆਇਆ? ਵਾਟਰ ਬੋਟਲ? ਓਕੇ। ਸਾਰੇ ਬੱਚਿਆਂ ਨੂੰ ਛੱਡਣ ਆਇਆ ਆਪਣੇ ਆਪਣੇ ਨੂੰ, ਹੈ ਨਾ। ਯੋ ਸਹੀ ਆ। ਆਪਣੇ ਆਪਣੇ ਬੱਚੇ ਸਾਰੇ ਲੈ ਕੇ ਆ ਰਹੇ ਹਾਂ ਅਤੇ ਆਪਣਾ ਬੱਚਾ ਆ ਗਿਆ। ਹੋਰ ਟਾਈਮ ਹੋ ਗਿਆ ਥੋੜ੍ਹਾ ਜਿਹਾ, 8:30 'ਤੇ ਕਲਾਸ ਲੱਗਣੀ ਆ ਅਤੇ ਬੱਚੇ ਇੱਦਾਂ ਲੈਣਾ ਬਣਾ ਲੈਂਦੇ ਆ ਕੇ। ਬੱਚੇ ਆਈ ਜਾਂਦੇ ਆ ਮੰਨਤ ਦੀ ਕਲਾਸ ਆ ਸੀਗੀ। ਸਕੂਲ ਓਪਨ ਹੋਣ ਦਾ ਟਾਈਮ ਹੋ ਗਿਆ ਅਤੇ ਮੰਨਤ ਕੌਰ ਵੀ ਆਪਣੀ ਨਾਲ ਦੇ ਬੱਚਿਆਂ ਨੂੰ ਪੜ੍ਹ ਲਈ ਜਾ ਕੇ। ਕਲਾਸ ਓਪਨ ਹੋ ਗਈ ਆ ਅਤੇ ਬੱਚਿਆਂ ਦਾ ਟੈਂਪਰੇਚਰ ਵਗੈਰਾ ਚੈੱਕ ਕੀਤਾ ਜਾ ਰਿਹਾ, ਸੈਨੀਟਾਈਜ਼ਰ ਨਾਲ ਹੱਥ ਕਲੀਨ ਕਰਵਾ ਕੇ ਫਿਰ ਕਲਾਸ ਦੇ ਵਿੱਚ ਐਂਟਰ ਕੀਤਾ ਜਾ ਰਿਹਾ। ਉਹਦਾ ਟੈਂਪਰੇਚਰ ਵੀ ਚੈੱਕ ਕੀਤਾ ਜਾ ਰਿਹਾ ਅਤੇ ਦੇਖੋ ਸਾਰੇ ਬੱਚਿਆਂ ਨੂੰ ਇੱਦਾਂ ਹੀ ਕਲਾਸ ਦੇ ਵਿੱਚ ਬਹੁਤ ਜ਼ਿਆਦਾ ਉਹਦੇ ਨਾਲ ਧਿਆਨ ਰੱਖਿਆ ਜਾ ਰਿਹਾ। ਬਹੁਤ ਵਧੀਆ ਮੰਨਤ ਵੀ ਪਹੁੰਚ ਗਈ ਆ। ਬਸ ਮੰਨਤ ਦਾ ਛੁੱਟੀ ਦਾ ਹੋ ਗਿਆ ਟਾਈਮ ਅਤੇ ਆਪਾਂ ਆਏ ਹਾਂ ਉਹਨੂੰ ਲੈਣ ਸਕੂਲ ਦੇ ਵਿੱਚ ਮੰਨਤ ਨੂੰ। ਅਤੇ ਹੋਰ ਵੀ ਪੇਰੈਂਟਸ ਬਹੁਤ ਆਇਆ ਗੱਡੀਆਂ 'ਚ ਸਾਰੇ, ਹੈ ਨਾ। ਅਤੇ ਕਲਾਸ ਉਹਦੀ ਮੰਨਤ ਦੀ ਤੁਹਾਡੇ ਸਾਹਮਣੇ ਆ ਕਲਾਸ ਆ ਮੰਨਤ ਦੀ। ਛੁੱਟੀ ਦਾ ਟਾਈਮ ਹੋ ਚੁੱਕਿਆ ਮੰਨਤ ਦਾ। ਰੈਡੀ ਹੋ ਰਿਹਾ ਲੱਗਦਾ ਹੁਣ ਵੀ। ਮੈਨੂੰ ਲੱਗਦਾ ਗੇਟ ਖੋਲ੍ਹਣ ਲੱਗਿਆ, ਟੀਚਰ ਖੋਲ੍ਹਣ ਲੱਗਿਆ ਗੇਟ ਉਹਨਾਂ ਦਾ। ਬੱਚੇ ਆਉਣ ਲੱਗ ਗਿਆ ਦੂਸਰੀ ਕਲਾਸ ਦੇ, ਟੀਚਰ ਉਹਨੂੰ ਖੋਲ੍ਹ ਲਿਆ ਆਪਣੇ ਮੰਨਤ ਵਾਲੀ ਕਲਾਸ ਦਾ ਦਰਵਾਜ਼ਾ। ਪਤਾ ਨਹੀਂ ਕਦੋਂ ਓਪਨ ਹੋਣਾ, ਹੋ ਜਾਣਾ ਜਲਦੀ, ਟਾਈਮ ਤਾਂ ਪੂਰਾ ਹੋਇਆ ਪਿਆ। ਲੈਣ ਵੀ ਹੁਣ ਅਸੀਂ ਖੜ੍ਹੇ ਆ ਬੱਚੇ, ਮੈਨੂੰ ਲੱਗਦਾ ਕਲਾਸ ਦੇ ਵਿੱਚ ਹੋ ਗਈ ਆ ਛੁੱਟੀ ਕਰ ਰਹੇ ਡੈਡੀ ਬੱਚੇ ਨੂੰ ਲੈਣਾ। ਲਓ ਜੀ ਗੇਟ ਖੁੱਲ੍ਹ ਗਿਆ ਮੰਨਤ ਵਾਲਾ, ਮੰਨਤ ਕਿਹੜੀ ਲੈਣ ਬਣਾਈ ਸਾਰਿਆਂ ਦੇ ਦਿਓ, ਪੁੱਛਦੇ ਆ ਵੀ ਤੁਹਾਡੇ ਕੌਣ ਆਇਆ ਲੈਣ ਅਤੇ ਉਹ ਫਿਰ ਭੇਜਦੇ ਆ ਬੱਚਿਆਂ ਨੂੰ। ਥੈਂਕ ਯੂ। ਕਿੱਦਾਂ ਪੁੱਤੂ? ਠੀਕ ਆ। ਹੋਰ ਕਿੱਦਾਂ ਰਿਹਾ ਸਕੂਲ? ਗੁੱਡ ਰਿਹਾ। ਟੀਚਰ ਤੁਹਾਡੀ ਪੂਰੀ ਖੁਸ਼ ਹੈ ਨਾ? ਆ ਜਾਓ ਗੱਡੀ 'ਚ।
ਗੱਡੀ ਚ ਲੈਣ ਆਇਆ ਪੁੱਤ ਨੂੰ ਮੇਰੇ ਨੂੰ।